ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਕਾਲੀ ਫੂਲਾ ਸਿੰਘ ਜੀ ਗੁਰੂ ਖਾਲਸਾ ਜੀ ਨਿਸ਼ਾਨਵਾਲੀਆ ਮਿਸਲ ਨਾਲ ਸਬੰਧਤ ਸਰਦਾਰਾਂ ਚੋਂ ਸਰਦਾਰ ਈਸ਼ਰ ਸਿੰਘ ਦੇ ਘਰ ਪਿੰਡ ਸ਼ੀਹਾ ਬਾਂਗਰ ਪਿੰਡ ਵਿੱਚ ਸੰਮਤ 1818 1761 ਈਸਵੀ ਨੂੰ ਫੂਲਾ ਸਿੰਘ ਜੀ ਦਾ ਜਨਮ ਹੋਇਆ ਵੱਡੇ ਘੱਲੂ ਘਾਰੇ ਸਮੇਂ ਅਬਦਾਲੀ ਨੇ ਜਦੋਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਭਾਰਤ ਤੇ ਸ਼ੀਵਾਂ ਹਮਲਾ ਕੀਤਾ ਤਾਂ ਸਰਦਾਰ ਈਸ਼ਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਅਕਾਲ ਚਲਾਣਾ ਕਰ ਗਏ ਬਾਲਕ ਫੂਲਾ ਸਿੰਘ ਦੀ ਪਾਲਣਾ ਉਹਨਾਂ ਦੇ ਪਿਤਾ ਦੇ ਇੱਕ ਮਿੱਤਰ ਵੱਲੋਂ ਕੀਤੀ ਗਈ। ਇਹ ਸੋਹਰਦ ਵਿਅਕਤੀ ਸ਼ਹੀਦਾਂ ਦੀ ਮਿਸਲ ਦੇ ਰਤਨ ਰੂਪ ਬਾਬਾ ਨਰੈਣ ਸਿੰਘ ਨੈਣਾ ਸਿੰਘ ਜੀ ਸਨ। ਉਹਨਾਂ ਨੇ ਹੀ ਫੂਲਾ ਸਿੰਘ ਨੂੰ ਅਮਰਤ ਸ਼ਕਾਇਆ। ਆਪ ਜੀ ਨੂੰ ਉਹਨਾਂ ਵੱਲੋਂ ਨੇਜਾਬਾਜੀ, ਘੋੜ ਸਵਾਰੀ ਤੇ ਸ਼ਸਤਰ ਵਿਦਿਆ ਵਿੱਚ નિਪੁੰਨ ਬਣਾ ਦਿੱਤਾ ਗਿਆ। ਜਿਸ ਕਾਰਨ ਉਹ ਜੁਧ ਕਲਾ ਵਿੱਚ ਨਪੁੰਨ ਹੋ ਗਏ ਜਦੋਂ ਨਰੈਣ ਸਿੰਘ ਜੀ ਚਲਾਣਾ ਕਰ ਗਏ ਤਾਂ ਸਰਦਾਰ ਫੂਲਾ ਸਿੰਘ ਅਕਾਲੀ ਜਥੇ ਦੇ ਆਗੂ ਬਣੇ 1800 ਈਸਵੀ ਵਿੱਚ ਅਕਾਲੀ ਫੂਲਾ ਸਿੰਘ ਨੇ ਅੰਮ੍ਰਿਤਸਰ ਨੂੰ ਆਪਣਾ ਕੇਂਦਰ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚੋਂ ਮਹੰਤਾਂ ਵੱਲੋਂ ਸ਼ੁਰੂ ਕੀਤੀ ਬ੍ਰਾਹਮਣੀ ਮਰਿਆਦਾ ਦਾ ਸਪਾਇਆ ਕਰ ਗਏ ਅਮਰਤ ਸਰੋਵਰ ਦੀ ਕਾਰ ਸੇਵਾ ਕਰਵਾਈ ਗੁਰੂ ਖਾਲਸਾ ਸੰਗਤ ਜੀ ਸ੍ਰੀ ਅੰਮ੍ਰਿਤਸਰ ਤੋਂ ਬਿਨਾਂ ਆਪਸਮੇਂ-ਸਮੇਂ ਸ੍ਰੀ ਆਨੰਦਪੁਰ ਤੇ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਵੀ ਗੁਰਧਾਮਾਂ ਦੇ ਸੁਧਾਰ ਲਈ ਜਾਂਦੇ ਰਹਿੰਦੇ ਸਨ ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਦੇ ਸ਼ੁਭ ਇਸ਼ਕਾਂ ਤੇ ਆਪਾਵਾਰੂ ਸੇਵਕਾਂ ਵਿੱਚੋਂ ਸਭ ਤੋਂ ਮੋਰੀ ਸਨ ਆਪਜੀ ਦਾ ਸਬੰਧ ਪਹਿਲਾਂ ਤਖਤ ਦਮਦਮਾ ਸਾਹਿਬ ਨਾਲ ਸੀ। ਉਹ ਹੀ ਸ਼ਹੀਦਾਂ ਦੀ ਮਿਸਲ ਦਾ ਮੁੱਖ ਸਥਾਨ ਸੀ। ਜਦੋਂ 18ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਉੱਤੇ ਹਮਲੇ ਕੀਤੇ ਤਾਂ ਆਪ ਦਮਦਮਾ ਸਾਹਿਬ ਤੋਂ ਆਨੰਦਪੁਰ ਪਹੁੰਚ ਗਏ। ਇੱਥੇ ਪੰਥ ਦੁਖੀਆਂ ਨੂੰ ਕਰਾਰੇ ਹੱਥ ਵਿਖਾ ਗਏ। 1800 ਈਸਵੀ ਵਿੱਚ ਅੰਮ੍ਰਿਤਸਰ ਚਲੇ ਗਏ। ਅੰਮ੍ਰਿਤਸਰ ਪਹੁੰਚ ਕੇ ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਨੇਕ ਜੰਗਾਂ ਵਿੱਚ ਸਹਾਇਤਾ ਕੀਤੀ ਆਪਣਾ ਪੱਕਾ ਹੈੱਡਕੁਆਰਟਰ ਉਸ ਥਾਂ ਕਾਇਮ ਕੀਤਾ ਜਿੱਥੇ ਹੁਣ ਬੁਰਜ ਅਕਾਲੀ ਫੂਲਾ ਸਿੰਘ ਹੈ ਇੱਥੇ ਅਕਾਲੀ ਫੂਲਾ ਸਿੰਘ ਦੇ ਜਥੇ ਵਿੱਚ 1200 ਸਵਾਰ ਤੇ 1800 ਪੈਦਲ ਸਿੰਘ ਸਨ ਗੁਰੂ ਖਾਲਸਾ ਜੀ 1802 ਈਸਵੀ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਤੋਂ ਜਦੋਂ ਰਣਜੀਤ ਸਿੰਘ ਨੇ ਇਹ ਸ਼ਹਿਰ ਜਿੱਤਿਆ ਤਾਂ ਅਕਾਲੀ ਜੀ ਨੇ ਮਹਾਰਾਜੇ ਨੂੰ ਗੁਰੂ ਕੀ ਨਗਰੀ ਦੀ ਲੁੱਟਮਾਰ ਕਰਨ ਤੋਂ ਰੋਕਿਆ 1807 ਈਸਵੀ ਵਿੱਚ ਕਸੂਰ ਦੇ ਹਾਕਮ ਕਤਬਦੀਨ ਦੀ ਬਗਾਵਤ ਸਮੇ 1816 ਨੂੰ 1816 ਈਸਵੀ ਨੂੰ ਮੁਲਤਾਨ, ਪਖਰ ਦੀ, ਬਹਾਵਲਪੁਰ ਦੇ ਇਲਾਕਿਆਂ ਵਿੱਚ ਸਿੱਖ ਰਾਜ ਵਿਰੁੱਧ ਬਗਾਵਤਾਂ ਨੂੰ ਕੁਚਲਣ ਲਈ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਦੇ ਜਥੇ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸ਼ਾਇਦ ਹੀ ਕੋਈ ਮਹਿਮ ਹੋਏ ਜਿਸ ਵਿੱਚ ਅਕਾਲੀ ਫੂਲਾ ਸਿੰਘ ਦੇ ਜਥੇ ਦਾ ਯੋਗਦਾਨ ਨਾ ਹੋਵੇ। ਕਸ਼ਮੀਰ, ਮੁਲਤਾਨ ਤੇ ਪਸ਼ਾਵਰ ਦੀਆਂ ਜਿੱਤਾਂ ਮਹਾਰਾਜੇ ਲਈ ਬਹੁਤ ਹੀ ਅਹਿਮ ਸਨ ਅਕਾਲੀ ਜੀ ਦਾ ਇਹਨਾਂ ਵਿੱਚ ਵੱਡਾ ਯੋਗਦਾਨ ਸੀ 1813 ਈਸਵੀ ਅਤੇ 1819 ਈਸਵੀ ਵਿੱਚ ਕਸ਼ਮੀਰ ਦੀਆਂ ਦੋ ਮਹਿਮਾ ਵਿੱਚ 1816 ਈਸਵੀ ਵਿੱਚ ਮਲਤਾਨ ਦੀ ਜਿੱਤ ਸਮੇ 1818 ਈਸਵੀ ਦੀ ਪਸ਼ਾਵਰ ਦੀ ਚੜ੍ਹਾਈ ਸਮੇ ਅਕਾਲੀ ਫੂਲਾ ਸਿੰਘ ਦਾ ਯੋਗਦਾਨ ਤਾਂ ਹੈ ਹੀ ਸੀ ਪਰੰਤੂ 1823 ਈਸਵੀ ਨੂੰ ਨੁਸ਼ਹਰੇ ਦੀ ਲੜਾਈ ਸਮੇਂ ਬਹਾਦਰੀ ਤੇ ਸੂਰਮਗਤੀ ਦੇ ਜੋਹਰ ਅਤੇ ਸ਼ਹਾਦਤ ਦੀ ਪ੍ਰਾਪਤੀ ਉਹਦੀ ਕੁਰਬਾਨੀ ਦਾ ਸਦੀਵੀ ਪ੍ਰਮਾਣ ਹੈ। ਗੁਰੂ ਖਾਲਸਾ ਜੀ 1816 ਈਸਵੀ ਦੀ ਮਲਤਾਨ ਦੀ ਜਿੱਤ ਵਿੱਚ ਅਕਾਲੀ ਫੁੱਲਾ ਸਿੰਘ ਨੇ ਜੋ ਬੀਰਤਾ ਵਿਖਾਈ ਉਸ ਦਾ ਦਸੰਬਰ 1846 ਦਾ ਕਲਕੱਤਾ ਰਿਵਿਊ ਇੰਜ ਜ਼ਿਕਰ ਕਰਦਾ ਹੈ। ਰਣਜੀਤ ਸਿੰਘ ਦੀ ਸਾਰੀ ਸੈਨਾ ਮੁਲਤਾਨ ਤੋਂ ਪਿੱਛੇ ਧੱਕੀ ਜਾਣੀ ਸੀ ਜੇਕਰ ਅਕਾਲੀ ਫੂਲਾ ਸਿੰਘ ਲੋਹੇ ਵਰਗਾ ਹੌਸਲਾ ਕਰ ਕੀ ਮੋਰਚੇ ਵਿੱਚੋਂ ਆਪਣਾ ਜਥਾ ਲੈ ਕੇ ਤੂਫਾਨ ਵਾਂਗੂ ਅੰਦਰ ਨਾ ਚਲਾ ਜਾਂਦਾ ਇਹੋ ਕਾਰਨ ਸੀ ਕਿ ਮੁਲਤਾਨ ਦੀ ਫਤਿਹ ਪਿੱਛੋਂ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਨੂੰ ਖਾਲਸਾ ਰਾਜ ਦਾ ਰਾਖਾ ਆਖ ਕੇ ਸਨਮਾਨਿਆ ਸੀ 1818 ਈਸਵੀ ਵਿੱਚ ਪਸ਼ਾਵਰ ਉੱਪਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਾਵਾ ਬੋਲਿਆ ਗਿਆ ਸਿੱਖ ਫੌਜਾਂ ਵਿਰੁੱਧ ਪਠਾਣਾ ਨੀ ਜਹਾਦ ਦਾ ਨਾਰਾ ਲਗਾ ਕੇ ਮੁਸਲਮਾਨਾਂ ਦਾ ਸਾਂਝਾ ਮੁਹਾਜ ਬਣਾ ਲਿਆ ਧਾਰਮਿਕ جنੂਨ ਵਿੱਚ ਖਰੂਦੀ ਪਠਾਣਾ ਨੇ ਸਿੱਖ ਫੌਜ ਦੇ ਰਸਤੇ ਬੰਦ ਕਰਕੇ ਸੈਂਕੜੇ ਸਿੱਖ ਫੌਜੀ ਸ਼ਹੀਦ ਕਰ ਦਿੱਤੇ ਇਸ ਸਮੇਂ ਮਹਾਰਾਜਾ ਨੇ ਆਪ ਅਕਾਲੀ ਫੂਲਾ ਸਿੰਘ ਪਾਸੋਂ ਸਹਾਇਤਾ ਮੰਗੀ। ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿੱਚ ਅਕਾਲੀ ਗਾਜ਼ੀਆਂ ਉੱਤੇ ਟੁੱਟ ਪਏ। ਇਹਨਾਂ ਦੀਆਂ ਤੇਗਾ ਮੂਰੇ ਪਠਾਨਾਂ ਦਾ ਟੁੱਟੇ। ਖਾਲਸਾ ਫੌਜ ਦਾ ਪਛਾਵਰਤੀ ਕਬਜ਼ਾ ਹੋ ਗਿਆ। 1819 ਈਸਵੀ ਵਿੱਚ ਕਸ਼ਮੀਰ ਦੀ ਜਿੱਤ ਸਮੇਂ ਪੁਣਛਦਾ ਪਠਾਨ ਹਾਕਮ ਆਪਣੀ ਇੱਕ ਕਿਲੇ ਵਿੱਚ ਆਕੀ ਹੋਇਆ ਬੈਠਾ ਸੀ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਕਿਲੇ ਵਿੱਚੋਂ ਕੱਢ ਕੇ ਉਸ ਦੇ ਪੁੱਤਰਾਂ ਸਮੇਤ ਕੈਦੀ ਬਣਾ ਲਿਆ ਇਸ ਜਿੱਤ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਦੀਪਮਾਲਾ ਕੀਤੀ ਤੇ ਅਕਾਲੀ ਫੂਲਾ ਸਿੰਘ ਨੂੰ ਮਹਾਬਲੀ ਦੀ ਉਪਾਦੀ ਦਿੱਤੀ ਉਹਨਾਂ ਨੇ ਸਿੱਖ ਰਾਜ ਦੀ ਸੇਵਾ ਕਰਦਿਆਂ ਆਖਰੀ ਲੜਾਈ ਲੜਦਿਆਂ ਨਸ਼ਹਰੇ ਦੇ ਅਸਥਾਨ ਤੇ ਵੀਰਗਤੀ ਪ੍ਰਾਪਤ ਕੀਤੀ ਭਾਈ ਕਾਨ ਸਿੰਘ ਲਿਖਦੇ ਹਨ 14 ਮਾਰਚ 1823 ਈਸਵੀ ਵਿੱਚ 1 ਚੇਤ 1879 ਨੂੰ ਸਰਹੱਦੀ ਗਾਜੀ ਅਤੇ ਮੁਲਖਈਏ ਦੀ ਤਰਕੀ ਤੀਰੀ ਨਾਮੀ ਜੰਗ ਭੂਮੀ ਦੀ ਭਾਰੀ ਲੜਾਈ ਵਿੱਚ ਖਾਲਸਾ ਦਲ ਦੀ ਸਹਾਇਤਾ ਕਰਦੇ ਹੋਏ ਜੰਗ ਫਤਿਹ ਕਰਕੇ ਵੱਡੀ ਵੀਰਤਾ ਨਾਲ ਫੂਲਾ ਸਿੰਘ ਜੀ ਸ਼ਹੀਦ ਹੋਏ ਕਾਬਲ ਦੇ ਬਾਦਸ਼ਾਹ ਮੁਹੰਮਦ ਅਜੀਮ ਖਾਨ ਨੇ 1823 ਈਸਵੀ ਵਿੱਚ ਖਾਲਸਾ ਰਾਜ ਦੇ ਪ੍ਰਬੰਧਾਂ ਨੂੰ ਕੱਢ ਕੇ ਮੁੜ ਕਬਜ਼ਾ ਕਰ ਲਿਆ ਸੀ ਇਸ ਬਗਾਵਤ ਨੂੰ ਕੁਚਲਣ ਲਈ ਮਹਾਰਾਜੇ ਨੇ ਸਰਦਾਰ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਨੂੰ ਭੇਜਿਆ ਖਾਲਸਾ ਫੌਜਾਂ ਦਾ ਪਠਾਨ ਟੱਕਰਾ ਕਰਨ ਵਿੱਚ ਅਸਫਲ ਹੋਏ ਪਰ ਖਾਲਸਾ ਹੀ ਜਿੱਤ ਦੀ ਇਸ ਘੜੀ ਕਿਸੇ ਪਠਾਨ ਨੇ ਪੱਥਰ ਓਲੇ ਲੋਕ ਕੀ ਅਚਾਨਕ ਬੰਦੂਕ ਦੀਆਂ ਦੋ ਗੋਲੀਆਂ ਅਕਾਲੀ ਫੂਲਾ ਸਿੰਘ ਨੂੰ ਮਾਰੀਆਂ ਭਾਵੇਂ ਕਰਨਲ ਮੀਹਾ ਸਿੰਘ ਨੇ ਉਸ ਪਠਾਨ ਦੇ ਡੱਕਰੇ ਕਰ ਦਿੱਤੇ ਪਰ ਖਾਲਸਾ ਰਾਜ ਦਾ ਇਹ ਸਿਰ ਲੱਥ ਮੁਦਈ ਤਾਂ ਸ਼ਹਾਦਤ ਪਾ ਗਿਆ ਸੀ ਅਕਾਲੀ ਜੀ ਦੀ ਸ਼ਹਾਦਤ ਤੇ ਮਹਾਰਾਜੇ ਨੂੰ ਬੜਾ ਦੁੱਖ ਹੋਇਆ। ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦ ਗੰਜ ਲੁੰਡੇ ਦਰਿਆ ਦੇ ਕਿਨਾਰੇ ਨਸ਼ਹਿਰੇ ਤੋਂ 4 ਮੀਲ ਪੂਰਬ ਵੱਲ ਸਥਿਤ ਹੈ। ਧਾਰਮਿਕ ਖੇਤਰ। ਅਕਾਲੀ ਫੂਲਾ ਸਿੰਘ ਇੱਕ ਨਿਰਭੈ ਸਿੰਘ ਆਗੂ ਸੀ। ਆਪ ਜੀ ਨੇ ਕਈ ਵਾਰ ਮਹਾਰਾਜੇ ਨੂੰ ਧਾਰਮਿਕ ਮर्यादा ਦੀ ਉਲੰਘਣਾ ਦੇ ਕਾਰਨ ਤਾੜਨਾ ਵੀ ਕੀਤੀ। ਤੇ ਮੂਰਾਂ ਦੇ ਮਾਮਲੇ ਤੇ ਮਹਾਰਾਜਾ ਨੂੰ ਕੌੜੇ ਕੋਰੜੇ ਮਾਰਨ ਦੀ ਤਨਖਾਹ ਵੀ ਲਈ ਭਾਵੇਂ ਪਿੱਛੋਂ ਖਿਮਾ ਦੇ ਦਿੱਤੀ ਉਹ ਧਾਰਮਿਕ ਮਾਮਲਿਆਂ ਵਿੱਚ ਬਹੁਤ ਸਖਤ ਦੇ ਪਾਬੰਦ ਸਨ 1809 ਈਸਵੀ ਵਿੱਚ ਜਦੋਂ ਚਾਰਲਸ ਮੈਟਕਾਫ ਮਹਾਰਾਜਾ ਨਾਲ ਸੰਬੰਧੀ ਕਰਨ ਅੰਮ੍ਰਿਤਸਰ ਆਇਆ ਤਾਂ ਉਸ ਨਾਲ ਸ਼ੀਆ ਮੁਸਲਮਾਨਾਂ ਦੀ ਟੁਕੜੀ ਸੀ ਉਹ ਲੋਕ ਦਰਬਾਰ ਸਾਹਿਬ ਦੀ ਸામਣੀ ਤਾਜ਼ੀਆਂ ਕੱਢਦੇ ਜਾ ਰਹੇ ਸਨ ਜਿਸ ਨਾਲ ਦੀਵਾਨ ਵਿੱਚ ਵਿਗਨ ਪੈਂਦਾ ਸੀ ਅਕਾਲੀ ਫੂਲਾ ਸਿੰਘ ਜੀ ਨੇ ਰੋਕ ਦਿੱਤਾ ਮਾਮਲਾ ਲੜਾਈ ਦਾ ਰੂਪ ਧਾਰਨ ਕਰ ਗਿਆ ਮਹਾਰਾਜੇ ਨੇ ਆਪ ਪਹੁੰਚ ਕੇ ਮਾਮਲਾ ਨੇ ਜਿੱਟਿਆ ਉਸ ਤੋਂ ਪਿੱਛੋਂ ਫਿਰ ਕਿਸੇ ਨੇ ਤਾਜ਼ੀਆਂ ਕੱਢਣ ਦੀ ਜ਼ਰਤ ਨਾ ਕੀਤੀ ਅਕਾਲੀ ਫੂਲਾ ਸਿੰਘ ਦੇ ਕਈ ਮਾਮਲਿਆਂ ਤੇ ਮਹਾਰਾਜਾ ਰਣਜੀਤ ਸਿੰਘ ਨਾਲ মতਪੇਦ ਹੋ ਜਾਂਦੇ ਸਨ ਉਸ ਦਾ ਵੱਡਾ ਕਾਰਨ ਤਾਂ ਮਹਾਰਾਜੇ ਦੀ ਡੋਗਰਿਆਂ ਪ੍ਰਤੀ ਕਮਜ਼ੋਰੀ ਸੀ ਮਹਾਰਾਜਾ ਅੰਗਰੇਜ਼ਾਂ ਦੀਆਂ ਕੁਚਾਲਾਂ ਵੀ ਅਸਫਲ ਕਰਨ ਵਿੱਚ ਸਫਲ ਨਾ ਹੋਇਆ ਇਹ ਗੱਲ ਅਕਾਲੀ ਫੂਲਾ ਸਿੰਘ ਨੂੰ ਚੰਗੀ ਨਹੀਂ ਲੱਗਦੀ ਸੀ ਇਸ ਲਈ ਉਹ ਕੁਝ ਚਿਰ ਦਮਦਮਾ ਸਾਹਿਬ ਚਲੇ ਗਏ 1814 ਈਸਵੀ ਵਿੱਚ ਅਕਾਲੀ ਫੂਲਾ ਸਿੰਘ ਦਮਦਮਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ। ਉਹਨਾਂ ਪਾਸ ਜੀਂਦ ਦਾ ਸ਼ਹਿਜ਼ਾਦਾ ਪ੍ਰਤਾਪ ਸਿੰਘ ਸਰਕਾਰੀ ਖਟਪਟੀ ਕਾਰਨ ਸ਼ਰਨ ਚ ਆ ਗਿਆ। ਸਰਕਾਰ ਦੇ ਦੂਤ ਨੇ ਅਕਾਲੀ ਤੋਂ ਸ਼ਹਿਜ਼ਾਦੇ ਦੀ ਮੰਗ ਕੀਤੀ। ਮਹਾਰਾਜੇ ਦਾ ਅਸਰ ਰਸੂਖ ਵਰਤ ਗਈ। ਅਕਾਲੀ ਜੀ ਤੋਂ ਅੰਗਰੇਜ਼ੀ ਸਰਕਾਰ ਨੇ ਸ਼ਹਿਜਾਦਾ ਵਾਪਸ ਜੀਂਦ ਮੰਗਵਾਇਆ ਇਹਨਾਂ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਗੁਰੂ ਖਾਲਸਾ ਜੀ ਕਿ ਅਕਾਲੀ ਫੂਲਾ ਸਿੰਘ ਡੋਗਰਿਆਂ ਅਤੇ ਅੰਗਰੇਜ਼ਾਂ ਦਾ ਕੱਟੜ ਵਿਰੋਧੀ ਸੀ ਉਹਨਾਂ ਦਾ ਸਿੱਖੀ ਪਿਆਰ ਬੇਜੋੜ ਸੀ ਮਹਾਰਾਜੇ ਨਾਲ ਮਤਭੇਦ ਹੁੰਦਿਆ ਵੀ ਜਦੋਂ ਖਾਲਸਾ ਰਾਜ ਨੂੰ ਲੋੜ ਪਈ ਉਹ ਅੱਗੇ ਹੋ ਕੇ ਲੜੇ ਉਹ اخلاق ਨਿਡਰਤਾ ਤੇ ਧਰਮ ਕਰਮ ਦੇ ਕੰਮਾਂ ਵਿੱਚ ਬੇਜੋੜ ਸਨ ਉਹਦੇ ਜਿਹਾ ਨਿਰਸਵਾਰਥ ਕੌਣ ਹੋ ਸਕਦਾ ਹੈ ਉਹਨਾਂ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਮਰਿਆਦਾ ਨੂੰ ਆਖਰੀ ਸਵਾਸਾਂ ਤੱਕ ਨਿਭਾਇਆ ਹਰ ਮਹਿੰਮਤੇ ਜਾਣ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਸੋਧਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਹੁਕਮ ਵਾਕ ਲੈ ਕੇ ਹੀ ਕੂਚ ਕਰਦੇ ਅਕਾਲੀ ਫੁੱਲਾ ਸਿੰਘ ਜੀ ਦਾ ਆਖਰੀ ਸਮਾ ਦਸਮ ਗ੍ਰੰਥ ਦੇ ਸ਼ਬਦਾਂ ਵਿੱਚ ਜੁੱਧ ਚ ਸ਼ਹਾਦਤ ਦੇਣ ਕਾਰਨ ਇਤਿਹਾਸ ਦਾ ਅੰਗ ਤੇ ਧਰਮੀ ਪੁਰਖ ਦੀ ਇੱਛਾ ਦਾ ਪ੍ਰਤੀਕ ਬਣ ਗਿਆ ਹੈ ਜੂਜ ਮਰੋਂ ਰਨ ਮੈ ਭਜ ਭੈਤੀ ਪ੍ਰਭ ਸਿਆਮ ਇਹੈ ਬਰ ਪਾਵੈ ਭੁੱਲਾ ਨ ਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ